बाहर निकल गया के पैर अच्छा ले नहीं हाँ नास किया सर खाली मैं बेना भी यहाँ अपने एमपीए की कंप्लेन करन कंपेयर इलाके आए फोत किया खुशियाँ गमियाँ कुलखानियाँ मुक्तावर अच्छा ते देरे ते मेहमान राधे पैन ठीक है उतना नाश्ता भिजवा ओहो नुकरानी नहीं मिलेगी खड़ी तेरी नाल सोन मेहरबानी कर इलेक्शन दी यार ता मेरी इज्जत कर लोगों की कदर करे थे लोग साको वोट दे थे इज्जत ओ तू इज्जत दे लायक दा है तू जरा कम आके ना हाल अंदर सफाई कहन थई ओ चुप कर ही में कोई सुन दे ही ओ तेरा घर वाला जनरल एमपीए बन गया सब लियार चेत बासी एमपीए शक काले कह रही तेरी एमपीए वाले ये जरा इन इज्जत से कहीं कर चुप कर ना शोर कर मेनू कोई वोट दे दी जे ले देखो त बगैर तेरी जिंदगी कदी नहीं गुजारी जिवें गुजरे ना वधे आओ आओ सोना गल सुनो सोना मुड़ के मैं प्याना मैनू आता ही जड़े दे रहे थे आ कौन जेड़ा उन वोट आज उठिया वदा ए तिदा हा निक्कू हा दूरे महीना दी पैदावार ते मैं आ क्या भाई तैनू घर दे सानू के आईए हां जी अपना कीमती टाइम जाया करके आया सब बैठे आ मैं आ क्या इदा आईया मैं तू वेरी गुड कीता है ए उवें पिस्ती रांडा बच्चा है जी जी ए केड़े है ना छोटे कद दा एक लूसी नस्ल दा ਗੱਲ ਸੁਣ ਲੈ ਮੇਰੀ ਤੁਹਾਨੂੰ ਹਕੂਕ ਲਵਣੇ ਨਹੀਂ ਆਉਂਦੇ ਤੁਹਾਡੇ ਕੋਲ ਕੋਈ ਪੜ੍ਹਾ ਲਿਖਾ ਹੋਵੇ ਆ ਤਾਂ ਅੱਜ ਗੱਲ ਮੈਂ ਕਰੇ ਤਾਂ ਠੀਕ ਹੋ ਗਿਆ ਇਹ ਠੀਕ ਹੈ ਮੈਨੂੰ ਗੱਲ ਕਰਨ ਦੇਵੇਂ ਠੀਕ ਮੈਂ ਨਾ ਜਿਹੜਾ ਭੌਕੜੇ ਤੂੰ ਭੌਕੀ ਵੱਡਾ ਤੇ ਤੂੰ ਹੈ ਨਾ ਹੁਣ ਮੇਰੀ ਸੁਣ ਪਟਣਾ ਤੂੰ ਹੈ ਬਲਕਿ ਆ ਆ ਗਏ ਨੇ ਆ ਗੱਡੀ ਆਉਂਦੀ ਪਈ ਆ ਮੜਿਆ ਮੜਿਆ ਆਪਾਂ ਤਾਂ ਖੜੇ ਹੋ ਤੇ ਸਲਾਮ ਹੀ ਨਾ ਲਾਉ ਉਹਨੂੰ ਠੀਕ ਹੋ ਗਿਆ ਅੱਛਾ ਕੋ ਕਹਿੰਦੇ ਵਸਦਾ ਇਵੇਂ ਇਵੇਂ ਆ ਮੜਿਆ ਵੇ आओ जी आओ सही एक कैसले दिया बा ओ मरो कोई नारा शारा मारो साडे एमपी आया खले तोडे इलाके दा मैंने साडे साल खराब होए मते लगे नारे तो हमारे अगले 5 साल पहले से नारे मरे ते एमपी आ गया तो सा की करू वालेकुम सलाम वालेकुम सलाम वालेकुम सलाम नार साहब अपना मुखालिफ आए बैठे ई की दी आई बैठी मुकान बैठा सरदार साहब उनवान है ना यानी कि जेड़ा साडा ਉਨਵਾਨ ਹੈ ਮੈਂ ਥੋੜੀ ਜਿਹੀ ਤੁਹਾਨੂੰ ਤਕਰੀਰ ਕਰਕੇ ਦੱਸ ਦੇਣਾ ਸਾਡਾ ਜਿਹੜਾ ਉਨਵਾਨ ਹੈ ਨਾ ਐਮਪੀਏ ਸਾਹਿਬ ਦਾ ਇਨਸ਼ਾਅੱਲਾ ਸੀ ਇਸ ਵਾਰੀ ਕਾਮਯਾਬ ਹੋ ਗਏ ਤੁਹਾਡੇ ਜਿਹੜੇ ਇਲਾਕੇ ਦੇ ਮਸਾਇਲ ਹਨ ਇਹ ਤੁਹਾਡੀ ਟੁੱਟੀ ਸੜਕ ਇਹ ਤੁਹਾਡੇ ਜਿਹੜੇ ਖੰਭੇ ਦੋ ਤਰੇ ਡੱਠੇ ਪੈਰ ਪਿਛਲੇ ਅਨੇਰੀ ਆਈ ਤਾਂ ਹਾਲੇ ਤੱਕ ਕਾਇਰ ਸਿੱਧੇ ਕਰਵਾਏ ਇਹ ਮਾਰ ਕਰਵਾਈ ਸਨ ਉਹ ਚੁੱਪ ਕਰ ਵਾਨੇ ਕੂੜਿਓ ਕੂੜੇ ਵੇ ਤੁਸਾਂ ਇੱਥੇ ਆ ਤੇ ਆਵਾਮ ਨੂੰ ਆ ਖੰਭੇ ਸਿੱਧੇ ਕਰਵਾਈ ਸਾਂ ਬਾਕੀ ਜਨਾਬ ਇਨਸ਼ਾਅੱਲਾ ਇਸ ਵਾਰੀ ਤੁਹਾਡੇ ਸਾਰੇ ਜਿਹੜੇ ਮਸਲੇ ਨੇ
ਉਹ ਜਨਾਬ ਐਮਪੀ ਸਾਹਿਬ ਅਗਰ ਬਣ ਗਏ ਤਾਂ ਤੁਹਾਡੇ ਹੱਲ ਕਰੇ ਸਨ। ਹੁਣ ਮੈਂ ਦਾਵਤ ਦਿੰਦਾ ਆਪਣੇ ਐਮਪੀ ਉਮੀਦਵਾਰ ਨੂੰ ਉਹ ਉੱਠੀ ਵੇ ਆਪਣੇ ਦਿਲ ਦੇ ਜਿਹੜੇ ਖਿਆਲ ਆਤ ਨੇ ਉਹ ਤੁਹਾਨੂੰ ਦੱਸਣ। ਤੂੰ ਬਾਸੇ ਤਾਂ ਉੱਠੀ ਸੀ ਹੱਥ ਬਾਂਡ ਇੱਥੇ ਆ ਜਾਓ ਸਰ ਉੱਠਿਆ ਉਹ ਕਲਾ ਤੇ ਉੱਠਿਆ ਤੂੰ ਕਜੁਰ ਵਦਾ ਮੁਰਦਾਰਾ ਹਜ਼ਾਰ ਗਿੰਦੀ ਬੇਟੇ ਹੁਣ ਹਜ਼ਾਰ ਕਰੇ ਹਜ਼ਾਰ ਨੰਬਰਦਾਰ ਸਾਹਿਬ ਜ਼ਿੰਦਾਬਾਦ ਨੰਬਰਦਾਰ ਸਾਹਿਬ ਜ਼ਿੰਦਾਬਾਦ ਐਮਪੀਏ ਜ਼ਿੰਦਾਬਾਦ ਐਮਪੀਏ ਨੰਬਰਦਾਰ ਇਨਸ਼ਾਅੱਲਾ ਐਮਪੀਏ ਹਾਂ ਦੇਖੋ ਤੁਸੀਂ ਮੇਰੇ ਇਲਾਕੇ ਦੇ ਵੇ ਮੇਰੇ ਵਸੇਬ ਦੇ ਵੇ ਮੇਰੇ ਬਜ਼ੁਰਗੋ ਮੇਰੇ ਭਾਈਓ ਅੱਛਾ ਤੁਹਾਡੇ ਰਿਆਏ ਹੈ ਗੱਲ ਇਸ ਤਰ੍ਹਾਂ ਦੀ ਹੈ ਦੇਖੋ ਮੈਂ ਤੁਹਾਡਾ ਕੋਈ ਲੀਡਰ ਬਣ ਕੇ ਨਹੀਂ ਆਇਆ ਸਹੀ ਹੈ ਮੈਂ ਐਜ਼ ਆ ਤੁਹਾਡਾ ਪੁੱਤਰ ਹੋ ਕੇ ਆਇਆ ਖੜਾ ਇਹਨੇ ਕੋਈ ਸ਼ੱਕ ਨਹੀਂ ਠੀਕ ਹੈ ਮੈਂ ਕੋਈ ਲੀਡਰ ਨਹੀਂ ਮੈਂ ਤੁਹਾਡਾ ਪੁੱਤਰ ਬਣ ਕੇ ਆਇਆ ਖੜਾ ਔਰ ਮੈਂ ਕਦਾ ਆਪਣੇ ਵਰਕਰ ਨੂੰ ਆਪਣੇ ਸਾਹਮਣੇ ਨਹੀਂ ਖੜਨ ਦਿੱਤਾ ਉਹਨਾਂ ਦੇ ਕੋਈ ਮੁਸ਼ਕਲ ਵਕਤ ਹੈ ਮੈਂ ਉਹਦੇ ਅੱਗੂ ਖੜਾ ਹੋ ਸਾ ਤਾੜੀਆਂ ਨੰਬਰਦਾਰ ਜ਼ਿੰਦਾਬਾਦ ਨੰਬਰਦਾਰ ਜ਼ਿੰਦਾਬਾਦ ਐਮਪੀਏ ਜ਼ਿੰਦਾਬਾਦ ਇਨਸ਼ਾਅੱਲਾ ਐਮਪੀਏ ਨੰਬਰਦਾਰ ਜ਼ਿੰਦਾਬਾਦ ਸਭ ਸੁਣੋ ਬਜ਼ੁਰਗੋ ਜੀ ਇਨਸ਼ਾਅੱਲਾ ਇਸ ਦਫਾ ਤੁਸੀਂ ਮੇਰੇ ਕੋ ਕਾਮਯਾਬ ਕੀਤਾ ਮੈਨੂੰ ਐਮਪੀਏ ਦੇ ਮੁਸਤਕਬ ਕਰ ਛੋੜਾ ਠੀਕ ਹੀ ਹੋਵੇ ਇਨਸ਼ਾਅੱਲਾ ਸਭ ਤੋਂ ਪਹਿਲੇ ਮੈਂ ਤੁਹਾਡੇ ਇਲਾਕੇ ਦੇ ਵਿੱਚ ਸਕੂਲ ਦੇਸਾਂ ਬਾਬਾ ਨੰਬਰਦਾਰ ਜ਼ਿੰਦਾਬਾਦ ਨੰਬਰਦਾਰ ਜ਼ਿੰਦਾਬਾਦ ਹਾਂ ਸਾਡੇ ਤੁਹਾਡੇ ਬਾਅਦ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਮੈਂ ਹਸਪਤਾਲ ਦੇਸਾਂ ਨੰਬਰਦਾਰ ਜ਼ਿੰਦਾਬਾਦ 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 ਸਾਡੇ ਔਰ ਤੁਹਾਡੇ ਧਿਆਨ ਦੇ ਵਿੱਚ ਹਾਂ ਔਰ ਤੁਹਾਡੇ ਧਿਆਨ ਦੇ ਵਿੱਚ ਜਿਆ ਮੈਂ ਸੜਕਾਂ ਦੇ ਕਾਰਪੇਟ ਦੇ ਰੋਡ ਵਿਛਵੇ ਸਾਂ ਵਾਹ 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 ਸਰਕਾਰ ਵਾਹ ਨੰਬਰਦਾਰ ਸਦਾ ਸਭੋ ਇੱਕ ਮਿੰਟ ਹੁਣ ਮੈਂ ਉੱਠੀ ਹਾਂ ਇੱਕ ਮਿੰਟ ਬਹੁਤ ਹੈ ਬਾਬਾ ਇੱਕ ਮਿੰਟ ਬਹੁਤ ਹੈ ਜੇ ਇਹ ਵੱਡਾ ਸਰਦਾਰ ਬੁਲੇਦਾ ਖੜਾ ਨਾ ਸੰਨਿਆ ਤੂੰ ਸਾਨੂੰ ਠੀਕ ਆ ਤੇ ਪਰ ਨੰਬਰਦਾਰ ਇੱਕ ਮਿੰਟ ਜ਼ਿੰਦਾਬਾਦ ਨੰਬਰਦਾਰ ਮੇਰੀ ਗੱਲ ਸੁਣ ਇੱਕ ਮਿੰਟ ਬਹੁਤ ਸਰਦਾਰ ਨਹੀਂ ਮੈਨੂੰ ਬਾਬੇ ਦੀ ਨਾਰਾਜ਼ ਬਿਲਕੁਲ ਬਾਬਾ ਜੀ ਤੇਰੀ ਨਾਰਾਜ਼ ਕੀ ਬਣਦੀ ਏ ਮੈਂ ਤੇਰੇ ਛੂਰ ਦੀ ਨੌਕਰੀ ਲਵਾਈ ਇਨਸ਼ਾਅੱਲਾ ਮੈਂ ਅੱਲਾ ਦੇ ਫਜ਼ਲ ਓ ਕਰਾਮ ਨਾਲ ਮੈਂ ਕਾਮਯਾਬ ਹੋ ਗਿਆ ਸਭ ਤੋਂ ਪਹਿਲੇ ਮੈਂ ਤੇਰੇ ਪੁੱਤਰ ਦੀ ਨੌਕਰੀ ਲਵਾਂ ਵਾਹ 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 ਨੰਬਰਦਾਰ ਜ਼ਿੰਦਾਬਾਦ ਨੰਬਰਦਾਰ ਮੇਰੇ ਪੁੱਤਰ ਦੀ ਇੱਕ ਮਿੰਟ ਤੇਰੇ ਪਿਓ ਗੱਲ ਕੀਤੀ ਉਸ ਮਹਿਕਮਾ ਮਾਲਿਕ ਲਵਾਈ ਮੇਰਾ ਪੁੱਤਰ ਫੋਸੀਆਂ ਮਿਲੇਂਦਾ ਮਾਰ ਗਿਆ ਇੱਕ ਮਿੰਟ ਅਗਰ ਮੈਂ ਤੇਰੇ ਪੁੱਤਰ ਦੀ ਨੌਕਰੀ ਨਾ ਲਵਾਵਾਂ ਮੈਂ ਆਪਣੇ ਪਿਓ ਦਾ ਰੋਜ਼ਾ ਹਰਾਮ ਦੋ ਸਾ ਇੱਕ ਮਿੰਟ ਬਹੁਤ ਸਰਦਾਰ ਮੇਰੀ ਇੱਕ ਗੱਲ ਹੋਰ ਕਰ ਬੋਲਣੇ ਉਹਨੂੰ ਔਰ ਮੇਰੀ ਇੱਕ ਕੰਨ ਖੋਲ ਕੇ ਗੱਲ ਸੁਣ ਗਿਰੋ ਜੀ ਸਰਦਾਰ ਇਹ ਮੇਰੀ ਗੱਲ ਉਹ ਤੂੰ ਨਹੀਂ ਟਪਾਵਣੀ ਨਹੀਂ ਟਪਾਵਣੀ ਹੋਰ ਤਾਂ ਮੈਂ ਆਇਆ ਖੜਾ ਨਾ ਤੁਹਾਨੂੰ ਮਿਹਨਤ ਤਰਲਾ ਕਰਨ ਹਾਂ ਅਗਰ ਤੂੰ ਤਾਂ ਮੇਰੇ ਕੋ ਆਪਣੇ ਕੋਲਾਂ ਤੋਂ ਹਰਵਾਇਆ ਹਾਂ ਤੇ ਮੈਂ ਤੁਹਾਰੇ ਤੇ ਨਾ ਉਹ ਪਰਚੇ ਦੀ ਵੇਸਾਂ ਔਰ ਮੈਂ ਕਲੋਟੀਆਂ ਦਾਣੇ ਦੇ ਖਾਲੀ ਕਰਵੇ ਸਾਂ ਔਰ ਮੈਂ ਤੁਹਾਰੇ ਕਣਕਾਂ ਬੜੀਆਂ ਬੜੀਆਂ ਕੋ ਭਾਲ ਲਵਾ ਦੇਗਾ ਸਰ ਔਰ ਮੈਂ ਤੁਹਾਰੇ ਦੇ ਇਤਨੇ ਪਰ ਹਾਂ ਠੀਕ ਹੈ ਮੈਂ ਸਮਝ ਆ ਗਿਆ ਨਹੀਂ ਇਹ ਬੁੱਲੇ ਵਦਰ ਕਈ ਹੋਰ ਪਾਰਟੀਆਂ ਤੇ ਨੰਬਰਦਾਰ ਸਾਹਿਬ ਅਗਰ ਕੋਈ ਪੋਲਾਂ ਤੋਂ ਹਾਰ ਗਿਆ ਤੇ ਮੈਂ ਤੁਹਾਨੂੰ ਤੇ ਇਤਨੇ ਪਰਚੇ ਕਰਵੇਗਾ ਜਿਤਨੇ ਮੇਰੇ ਸਿਰ ਦੇ ਵਾਲ ਹੈ ਮੈਂ ਕਰਾਵਾ ਤੇ ਮੈਂ ਕਈ ਕੁੱਤੇ ਦਾ ਪੋਤਰ ਹੋ ਸਾ ਓਏ ਇੱਕ ਮਿੰਟ ਨੰਬਰਦਾਰ ਸਾਹਿਬ ਤੂੰ ਜਦੇ ਮੈਂ ਮਾਂ ਦੀ ਦਵਾਈ ਲਵਣੀ ਹੋਏ ਤੂੰ ਇੱਕ ਕੰਪੇਅਰ ਕਰੋ ਮੈਂ ਤੁਹਾਨੂੰ ਤੇਰੇ ਤੇ ਮਿਲ ਸਾ ਇੱਕ ਮਿੰਟ ਸਰ ਬਹੁ ਨਾ ਬਾਹ ਲੱਗੇ ਪਰਚਿਆਂ ਦੀ ਗੱਲ ਖੜਾ ਕਰੇਂਦਾ ਆਈ ਰੋਲੇ ਪੋਇਆ ਸੀ ਬਾਈ ਇਹ ਨਾ ਜ਼ਿੰਮੇਦਾਰਾਂ ਦਾ ਕੋਈ ਇਤਬਾਰ ਨਹੀਂ ਬਣਦਾ ਇਹਨਾਂ ਦੇ ਨਾ ਯਾਰੀ ਚੰਗੀ ਨਾ ਦੁਸ਼ਮਣੀ ਚੰਗੀ ਅਤੇ ਜਿਹੜਾ ਵੋਟ ਨੱਡੇ ਸੀ ਪਰਚਾ ਕਰਿਆ ਸਾਂ ਮੇਰਾ 2000 ਬਣ ਗਿਆ ਮੇਰੇ ਪਰ ਹੁਣ ਜਿੱਤੇ ਤੇ ਭਾਵੇਂ ਨਾ ਜਿੱਤੇ ਬਾਜ ਚਮਕੀਲਾ ਬਾਬੇ ਉਹਨਾਂ ਦੀ ਆਈ ਤੂੰ 4 ਸਾਲ ਪਹਿਲੇ ਫੁੱਤ ਕਿਉਂ ਗਏ ਫੈਤ ਤੇ ਆਖੀ ਤੇ ਮੁੰਡਾ ਪਿਆ ਬਾਬਾ ਜੀ ਹੈਰਾਨ ਦਿਓ ਤੁਸਾਂ 4 ਸਾਲ ਤੋਂ ਮੌਕਾ ਨਹੀਂ ਲੱਗਾ ਕਲਾਮ ਪੜਨ ਦਾ ਫੈਤਾ ਆਖਣ ਦਾ ਅੱਜ ਇਹ ਜਨਾਬ ਚੱਪਰ ਦਿਰਖਾਣਾ ਦੀ ਜਿਹੜੀ ਮੰਜੀ ਦੇ ਵਿੱਚ ਠੁਕਦੇ ਅੱਜ ਇਹ ਸਾਡੇ ਕੋਲ ਪਗੜੀ ਬੰਨ ਕੇ ਤੇ ਕਾਰ ਤੇ ਝੜ ਕੇ ਆ ਗਿਆ ਮੈਂ ਪਿਆ ਨਾ ਗੱਲ ਸੁਣੋ ਇਹਦੇ ਪਿਓ ਸਾਡੇ ਕਿੱਕਰ ਪਟਾਏ ਮੈਂ ਚੁੱਪ ਰਹੀ ਹਾਂ ਬਾਬਾ ਇਹਦੇ ਪਿਓ ਰੋਡ ਨਾ ਬਣਵਾਇਆ ਮੈਂ ਚੁੱਪ ਰਹੀ ਹਾਂ ਉਸ ਤੋਂ ਬਾਅਦ ਆ ਸਾਡੀਆਂ ਨਾਲੀਆਂ ਖਰਾਬ ਉਹ ਸਾਰਾ ਇਲਾਕਾ ਸਾਡਾ ਖਰਾਬ ਓ ਮੈਂ ਕੀ ਕਰਨ ਕਿਦੇ ਜਾਵਾਂ ਗੱਲ ਸੁਣ ਬਾਬਾ ਮੇਰੀ ਇੱਥੇ ਬਣ ਕੇ ਸਿੱਧਾ ਇਸਲਾਮਾਬਾਦ ਚਲੇ ਵੈਂਦੇ ਹੋ ਓਏ ਗੱਲ ਸੁਣ ਮੇਰੀ ਗੱਲ ਸੁਣ ਅਸਾਂ ਹੁਣ ਇਸਲਾਮਾਬਾਦ ਹੀ ਨਹੀਂ ਵੇਦੇ ਅੱਜ ਕੱਲ ਸਾਰਾ ਮੇਰੇ ਘਰ ਰਸੋ ਓ ਨਹੀਂ ਤੂੰ ਇੱਕ ਦਵਾ ਮੇ ਕੋ ਵੋਟ ਦੇ ਆਪਣੇ ਮੇ ਕੋ ਪਤਾ ਤੂੰ ਵਿਆਹ ਦੇ ਵੱਡਾ ਹੈ 1500-1600 ਤੇਰਾ ਵੋਟ ਹੈ ਤੂੰ ਆਪਣੇ ਪੋਲਕ ਤੂੰ ਜਿਤਵਾ ਮੈਂ ਤੇਰਾ ਕੰਮ ਨਾ ਕਰਾਂ ਤੇ ਮੈਂ ਹਰਾਮ ਦਾ ਹੋਸਾ ਪਹਿਲੇ ਸਾਰੇ ਹੀ ਆ ਦੇਣ ਚੁੱਪ ਓ ਯਾਰ ਤੂੰ ਸਭ ਇਹ ਬੰਦਿਆਂ ਦਾ ਨਾ ਭੁੱਲੋ ਅਗਰ ਤੁਸੀਂ ਪਰਚੇ ਝਲਣੇ ਇਹ ਪਹਿਲੀ ਵਾਰੀ ਉਠਿਆ ਤੇਰਾ ਮਰਨਾ ਸਾ ਕਰੇ ਨੇ ਆ ਮੈਨੂੰ ਵੋਟ ਦਿਸਾ ਬਾਕੀ ਹੋਮਣੀ ਉਨੇ ਜਿਵੇਂ ਅੱਗੇ ਹੁੰਦੀ ਰਹੀ ਬੜਾ ਦਮ ਨੂੰ ਕਿਤੇ ਦੇ ਬੱਸਾ
ਸਰਦਾਰ ਸਾਹਿਬ ਮੈਂ ਗੱਲ ਕਰਿਆ ਨਾ ਬਜ਼ੁਰਗਾਂ ਨਾਲ। ਬਾਬਾ ਜੀ ਅਸਾਂ ਦੂਜਿਆਂ ਰੀਤ ਨਹੀਂ, ਇਨਸ਼ਾਅੱਲਾ ਹੁਣ ਜਿਹੜੀ ਤੁਹਾਡੀ ਫੌਤਕੀ ਉਹ ਸੀ ਅਸਾਂ ਐਡਵਾਂਸ ਤੁਹਾਡੇ ਨਾਲ ਫੈਤਾ ਜੀ ਸਾਹਿਬ ਤੁਹਾਡੇ ਕੋਲ ਆ ਕੇ ਜਨਾਬ ਤੁਹਾਡੇ ਕੋਲ ਬਸਾਂ ਹੈ ਯਾਨੀ ਕਿ ਸਭ ਹਾਲੀ ਮਰੀਏ ਨੇ ਤਾਂ ਤਾਂ ਹੀ ਫੈਤਾ ਦੇ ਵਿੱਚ ਜਨਾਬ ਜਿਹੜਾ ਹੁਣ ਅਸੂਲ ਬਣੇ ਖਲੇ ਨਾਲੇ ਦੂਜੀ ਗੱਲ ਹੈ ਇਹਨਾਂ ਦਾ ਡੈਰੀ ਨੰਬਰ ਨੋਟ ਕਰ ਇਸ ਬਾਬੇ ਦਾ ਨਾਂ ਉੱਤੇ ਲਿਖ ਸਭ ਤੋਂ ਪਹਿਲੇ ਇਹਨਾਂ ਦੀ ਗਮੀ ਹੋਵੇ ਖੁਸ਼ੀ ਹੋਵੇ ਤੈਅ ਨਾ ਸੁਣੇ ਔਰ ਆਪਾਂ ਇਹਨਾਂ ਦੀ ਇਮਦਾਦ ਹੀ ਕਰਨੀ ਹੈ ਠੀਕ ਹੈ ਸਾਈਂ ਠੀਕ ਹੈ ਬਕਾਇਆ ਕਾਵੜ ਨਹੀਂ ਕਰੇ ਨਹੀਂ ਤੈਨੂੰ ਪਤਾ ਸਾ ਜ਼ਿਮੀਦਾਰ ਕਾਵੜ ਦੇ ਬੜੇ ਭੈੜੇ ਹੋਣੇ ਆ ਅਸਾਂ ਤੂੰ ਕਿਤਰੇ ਸੇ ਕਿਤਨੇ ਪਰਚੇ ਭੋਗ ਗਏ ਸੇ ਇੱਕ ਦੋ ਤਰੇ ਚਾਰ ਜਿਹੜੇ ਤੇ ਪੰਜਵਾਂ ਪਰਚਾ ਸੀ ਉਸ ਟਾਈਮ ਤੂੰ ਪਿੰਡ ਦਾ ਵਦਾ ਸੇ ਰੋਡ ਤੇ ਮੇਰਾ ਗੱਲ ਸੁਣ ਗਏ ਅਗਰ ਮੈਂ ਇਹ ਪੋਲਿੰਗ ਤੂੰ ਹਾਰ ਗਿਆ ਵਾ ਤੂੰ ਇੱਥੇ ਰਹਿ ਕੇ ਨਹੀਂ ਖਾਵੇ ਤੇ ਆਪਣੀ ਕੋਈ ਵਹੀ ਚਾ ਕੇ ਨਹੀਂ ਖਾਵੇ ਤੇ ਮੈਂ ਤੈਨੂੰ ਪਿਓ ਸੜੇ ਸਾਂ ਅਸਲ ਪਿਓ ਨਹੀਂ ਮੇਰਾ ਪਿਓ ਤੂੰ ਸੇ ਖੁਦਾ ਹਾਫਿਜ਼ ਅਸਾਂ ਦਾ ਸੁਣ ਸੁਣੋ ਇਲੈਕਸ਼ਨ ਜਿਹੜਾ ਨਾ ਇਸ ਵੇਲੇ ਤੁਸੀਂ ਜ਼ੋਰ ਦਾ ਇਹਦੇ ਨਾਲ ਸਾਡੇ ਦਾ ਸਾਥ ਦਿਓ ਇਨਸ਼ਾਅੱਲਾ ਜਿਹੜੇ ਮੁਤਾਲਬੇ ਹੋ ਮੈਂ ਸਰਦਾਰ ਦੇ ਨਾਲ ਹੋਣਾ ਬਲਕਿ ਬਿਲਕੁਲ ਨਾਲ ਹੋਣਾ ਤੁਸੀਂ ਮੈਨੂੰ ਮਿਲਣਾ ਕੋਈ ਤੁਹਾਡਾ ਮੁਤਾਲਬਾ ਹੈ ਤਾਂ ਮੈਨੂੰ ਦੱਸੋ ਮੈਂ ਸਰਦਾਰ ਨੂੰ ਆਖ ਦੇਸ ਹੁਕਮ ਕਰ ਮੇਰੇ ਪਿਓ ਤੇਰੇ ਜੇ ਰੰਗੀਆਂ ਬਲਾਂ ਹੀ ਨਾਲ ਹੋ ਮੈਨੂੰ ਹਾਂ ਜਿਵੇਂ ਤਾਂ ਤੂੰ ਵਧਾ ਜਾ ਜਾ ਇਹ ਜਿੱਤ ਸੀ ਹਾਂ ਜਾ ਇਸ ਜਿੱਤ ਮੈਣੇ ਸੇ ਬਣ ਮੈਣਾ ਮੈਂ ਵੇਖੀ ਖਲਾ ਬਾਬਾ ਗੱਲ ਸੁਣ ਤੂੰ ਇਹ ਕੌਮ ਦਾ ਵੱਡਾ ਤੇ ਤੂੰ ਸਾਰਿਆਂ ਨੂੰ ਸਮਝਾ ਇਨਸ਼ਾਅੱਲਾ ਤੇਰੇ ਨਾਲ ਚੰਗਾ ਕਰਸਾ ਇਹ ਛੂਹਰ ਤੁਹਾਡੇ ਦੀ ਨੌਕਰੀ ਜੋ ਵੀ ਹੈ ਮੈਂ ਹੱਲ ਕਰੇਸਾਂ ਠੀਕ ਹੈ ਤੇ ਜ਼ਰੂਰ ਤੇ ਸਾਹਿਬ ਦਾ ਪਤਾ ਹੈ ਐਮ ਪੀ ਸਾਹਿਬ ਦਾ ਨਿਸ਼ਾਨ ਕੇ ਕਿਹੜਾ ਨਿਸ਼ਾਨ ਹੈ ਫੌੜਾ ਨਾ ਨਾ ਇਸ ਵੇਲੇ ਸਾਹਿਬ ਉਹਨਾਂ ਲਿਆ ਹੱਲ ਕਿਉਂਕਿ ਜੱਟ ਬੰਦੇ ਨੂੰ ਸਮਝ ਹੋਵੇ ਹੱਲ ਤੇ ਤੂੰ ਸਮੋਹਰਾ ਲਾਉਣੀ ਹੱਲ ਤੇ ਰਾਜਾ ਹੱਲ ਹਾਂ ਰਾਜੇ ਹੱਲ ਤੇ ਠੀਕ ਛੋਰਾ ਛਿਕਰਾ ਸਮਝਾ ਦੇਣਾ ਤੇ ਸਾਡਾ ਸਾਰਾ ਜਿਹੜਾ ਨਿਸ਼ਾਨ ਹੱਲ ਹੈ ਤੇ ਇਸ ਮਸਲੇ ਦੇ ਮੈਂ ਹੱਲ ਕੱਢੀ ਵੇਨਾ ਨੌਕਰੀ ਤੁਹਾਡੇ ਛੂਆ ਨੂੰ ਲਵਾ ਦੇ ਸਾ ਸਮਝ ਆਈਏ ਤੇ ਜਿਹੜਾ ਇੱਥੇ ਬੈਠਾ ਜਾ ਇਹਦੇ ਨਾਲ ਉਹ ਤੱਕ ਸ਼ਾਮ ਤੇ ਬੰਦਾ ਹੈ ਕੂੜ ਦੇ ਮੂੰਹ ਧੂੜ ਹੋਗੀ ਨਿਕਲੀ ਤਾਂ ਗਿਆ ਐਮ ਪੀ ਏ ਕੋਲ ਅਸਾਂ ਤੁਹਾਡੇ ਨਾਲ ਮੇਰੀ ਛੋੜ ਖਾਪ ਲਿਆ ਮੂੰਹ ਤੇ ਕੀਤੀ ਕੰਡੂ ਪਿੱਛੇ ਨਹੀਂ ਕੀ ਬਿਲਕੁਲ ਆ ਗਈ ਸਮਝ ਬਿਲਕੁਲ ਐਤਕੀ ਇਹਨੂੰ ਵੇਖ ਲੈਨੇ ਆ ਇਹ ਕਿਹੜ ਚਲਾਈਂਦਾ ਨਹੀਂ ਨਹੀਂ ਅਸਾਂ ਸਾਰੇ ਰੀਤਾ ਇਨਸ਼ਾਅੱਲਾ ਤੂੰ ਦੁਆ ਕਰ ਸਾਨੂੰ ਬਣਨ ਦੇ ਜੇ ਅਸਾਂ ਤੁਹਾਡੀ ਰੜੀਆਂ ਨਾ ਕੱਢ ਦੇ ਉਹ ਯਾਨੀ ਕਿ ਤੁਹਾਡੀ ਉਹ ਤੁਹਾਡੇ ਨਾਲ ਤਾਵਨ ਕਰਸਾ ਠੀਕ ਹੈ ਚਲੋ ਚਲੋ ਆ ਇਹ ਗਾਰ ਹੀ ਸਮਝਾ ਦੇ ਹੁਣ ਹੱਲ ਚਲੋ ਚਲੋ ਠੀਕ ਆ ਓਏ ਆ ਆ ਆ ਮਿਲ ਲਓ ਉਹਨਾਂ ਨੂੰ ਸਾਡਾ ਹੱਕ ਬਣਦਾ ਅਸ਼ੀਸ਼ ਅੱਲਾ ਆਓ ਜੀ ਸਰਦਾਰ ਸਾਹਿਬ ਇਹ ਹੁਣ ਤੁਹਾਡੀ ਇਹ ਸਾਡੀ ਗੱਲ ਗਈ ਮੁੱਕ ਅਸਾਂ ਵੋਟ ਦੇਣੇ ਸਿਰੇ ਤੈਨੂੰ ਸੁਣਦਾ ਪਿਆ ਤੇ ਤੂੰ ਬਣ ਸੇ ਸਾਡਾ ਕਿਸੇ ਪਾਰਟੀ ਨਾਲ ਤਲਕ ਨਹੀਂ ਤੁਹਾਡਾ ਮੈਂ ਐਮ ਪੀ ਨਾ ਹੋਸਾਂ ਤੁਸਾਂ ਐਮ ਪੀ ਹੋਸੋ ਜ਼ਿੰਦਾ ਹਰ ਬੰਦਾ ਮੇਰਾ ਹਰ ਵਰਕਰ ਮੇਰਾ ਹਰ ਜਿਹੜਾ ਕਾਰਕੂਨ ਹੈ ਉਹ ਐਮ ਪੀ ਹੋਸੀ ਇਹ ਸਰਦਾਰ ਨੰਬਰਦਾਰ ਐਮ ਪੀ ਨਾ ਹੋਸੀ ਤੁਸਾਂ ਐਮ ਪੀ ਹੋਸੋ ਸਰਦਾਰ ਸਾਹਿਬ ਸਾਰੇ ਵੋਟ ਤੁਹਾਡੇ ਔਰ ਜਿਹੜਾ ਮੇਰਾ ਵਰਕਰ ਹੈ ਸਾਰਿਆਂ ਨੂੰ ਮੋਟਰਸਾਈਕਲਾਂ ਤੇ ਕਾਰਾਂ ਤੇ ਸਾਈਕਲਾਂ ਤੇ ਐਮ ਪੀ ਦੀ ਫੱਟੀ ਲਵਾ ਕੇ ਦੇ ਸਾਂ ਠੀਕ ਹੈ ਅੱਛਾ ਯਾਦ ਸਾ ਜੀ ਸਰਦਾਰ ਸਾਹਿਬ ਹੈ ਪੈਟਰੋਲ ਮੁੱਕ ਗਿਆ ਉਹ ਕੱਲ ਤਾਂ ਪਵਾਇਆ 700 ਦਾ 700 ਦਾ ਕੀ ਕਰੇ ਸਾਰਾ ਵਾਰਡ ਫਿਰੇ ਖਲੇ ਸਾਈ ਅੱਛਾ ਉਹ ਗੱਲ ਸੁਣੋ ਮੇਰੀ ਜੀ 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 ਇਹ ਕਾਰ ਨੂੰ ਧਿੱਕਾ ਲਾਓ ਅੱਛਾ ਤੇ ਪੰਪ ਤੋੜੀ ਪਹੁੰਚਾਓ ਲਵਾ ਮੇਰਾ ਬਿਰਾ ਲਵਾ ਠੀਕ ਹੈ ਆਈ ਦੁਆ ਆਈ ਦੁਆ ਇਹ ਦੁਆ ਦੇ ਆਈ ਉਦਾਈ ਕਲਾ ਠੀਕ ਹੈ